ਅੱਜ ਇੱਕ ਬਿਆਨ ਆਇਆ ਕੰਗਨਾ ਰਣੌਤ ਦਾ, ਮੈਨੂੰ ਲੱਗਦਾ ਕਿ ਇਹ ਵਾਕਈ ਇਹਦਾ ਜ਼ੁਬਾਨ ਔਰ ਇਹਦੇ ਦਿਮਾਗ ਦਾ ਕੋਈ ਤਾਲੁਕ ਨਹੀਂ ਹੈ। ਜਾਣ ਕੇ ਕੰਟਰੋਵਰਸੀਸ ਕ੍ਰੀਏਟ ਕਰਦੀ ਹੈ ਕਿਉਂਕਿ ਇਹਦੀ ਫਿਲਮ ਨਹੀਂ ਚੱਲਦੀ ਹੈ। ਫਿਲਮ ਚਲਾਉਣ ਵਾਸਤੇ ਤੂੰ ਫਿਲਮ ਬਣਾ ਰਹੀ ਹੈ ਐਮਰਜੈਂਸੀ ਤੇ, ਨਾਂ ਲੈ ਰਹੀ ਹੈ ਸੰਤ ਭਿੰਡਰਾਂ ਵਾਲਿਆਂ ਦਾ, ਅੱਜ ਕਹਿੰਦੀ ਕਿ ਉਹ ਆਤੰਕਵਾਦੀ ਸੀਗੇ। ਮੈਂ ਪੁੱਛਣਾ ਚਾਹੁੰਦਾ ਤੇਰੇ ਤੋਂ ਸਰਟੀਫਿਕੇਟ ਦੀ ਲੋੜ ਹੈ ਸਾਨੂੰ ਕਿ ਸੰਤ ਭਿੰਡਰਾਂ ਵਾਲੇ ਕੌਣ ਸੀ? ਤੂੰ ਆਪਣੇ ਆਪ ਨੂੰ, ਤੂੰ ਹੈ ਕੀ ਅਥਾਰਟੀ ਜਿਹਦੇ ਕੋਲ ਸਾਨੂੰ ਸਰਟੀਫਿਕੇਟ ਦੀ ਲੋੜ ਹੋਵੇ? ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹੁੰਦਾ ਕੰਗਨਾ ਰਣੌਤ, ਐਮਰਜੈਂਸੀ ਚ ਸੰਤ ਭਿੰਡਰਾਂ ਵਾਲੇ ਦਾ ਰੋਲ ਕੀ ਸੀ? ਜੇ ਤੂੰ ਐਮਰਜੈਂਸੀ ਤੇ ਫਿਲਮ ਬਣਾਈ ਤੇ ਅਕਾਲੀ ਦਲ ਦਾ ਰੋਲ ਦੱਸ ਨਾ, ਜਿਹਨੇ 90,000 ਬੰਦਾ ਗ੍ਰਿਫਤਾਰ ਕਰਾਤਾ ਸੀ। ਇਹ ਤਾਂ ਮਾਫੀਆ ਮੰਗ ਗਏ ਸੀਗੇ ਇੰਦਰਾ ਸਰਕਾਰ ਤੋਂ ਐਮਰਜੈਂਸੀ ਦੇ ਦੌਰਾਨ, ਜਿਨ੍ਹਾਂ ਦੀ ਲੀਡਰਸ਼ਿਪ ਦੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ। ਲੇਕਿਨ ਹਾਂ, ਮੈਂ ਤੈਨੂੰ ਸਵਾਲ ਪੁੱਛਦਾ, ਤੂੰ ਮਾਲੇਗਾਓਂ ਬਲਾਸਟ ਬਾਰੇ ਬੋਲੇਂਗੀ? ਤੂੰ ਪ੍ਰਗਿਆ ਠਾਕੁਰ ਬਾਰੇ ਬੋਲੇਂਗੀ? ਉਹ ਕੌਣ ਹੈ ਜਿਨ੍ਹਾਂ ਦੇ ਉੱਤੇ FIR ਹੋਈਆਂ, ਜਿਨ੍ਹਾਂ ਤੇ ਸਜ਼ਾ ਹੋਈ, ਜਿਹੜੀ ਮੈਡੀਕਲ ਗਰਾਊਂਡ ਦੇ ਬਾਹਰ ਹੈ? ਸੰਤ ਭਿੰਡਰਾਂਵਾਲੇ ਤੇ ਇੱਕ FIR ਨਹੀਂ? ਤੂੰ ਸਮਝੌਤਾ ਐਕਸਪ੍ਰੈਸ ਦੇ ਬਲਾਸ ਤੇ ਬੋਲੇਂਗੀ ਜਿਹਦੇ ਚ ਕਰਨਲ ਪੁਰੋਹਿਤ ਦਾ ਕੀ ਰੋਲ ਸੀ? ਕਰਨਲ ਪੁਰੋਹਿਤ ਕੌਣ ਹੈ? ਤੁਸੀਂ ਉਹਨਾਂ ਤੇ ਨਹੀਂ ਬੋਲੋਗੇ, ਤੁਸੀਂ ਇਹਨਾਂ ਤੇ ਬੋਲੋਗੇ ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾਉਣਾ ਚਾਹੁੰਦੇ ਹੋ। ਤੁਸੀਂ ਦੇਸ਼ ਦੇ ਵਿੱਚ ਭੜਕਾਊ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਧੱਕਣਾ ਚਾਹੁੰਦੇ ਹੋ। ਮੈਨੂੰ ਲੱਗਦਾ ਕਿ ਅੱਗੇ ਤੈਨੂੰ BJP ਨੇ ਤੇਰੇ ਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ। ਅੱਜ ਮੈਂ ਫਿਰ BJP ਨੂੰ ਪੁੱਛਣਾ ਚਾਹੁੰਦਾ ਕਿ ਕੀ BJP ਸਹਿਮਤ ਹੈ ਜੋ ਕੰਗਨਾ ਰਣੌਤ ਬੋਲ ਰਹੀ ਹੈ? ਮੈਂ ਕੱਲ ਦਾ ਕੰਗਨਾ ਰਣੌਤ ਦਾ ਬਿਆਨ ਸੁਣ ਰਿਹਾ ਵਾਂ, ਜਿਹੜਾ ਨੇ ਉਹਨਾਂ ਨੇ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਬਾਰੇ ਲਫ਼ਜ਼ਾਂ ਦੀ ਵਰਤੋਂ ਕੀਤੀ ਹੈ। ਸੰਤ ਜਰਨੈਲ ਸਿੰਘ ਵਰਗਾ ਧਰਮੀ ਬੰਦਾ ਮੈਨੂੰ 80 ਸਾਲ ਦੀ ਉਮਰ 'ਚ ਮੈਂ ਵੀ ਕੋਈ ਦੇਖਿਆ, ਜਿਹੜਾ ਬਚਨ ਦਾ ਪੂਰਾ ਸੀ, ਜੋ ਅਰਦਾਸ ਕੀਤੀ ਉਹ ਪੂਰੀ ਕੀਤੀ। ਭਾਵੇਂ ਖਿਆਲਾਤ ਮੇਰੇ ਪੋਤੇ ਨਹੀਂ ਸੀ ਮਿਲਦੇ, ਪਰ ਉਹਦੇ ਜਿਹੜੇ ਕਿਰਦਾਰ ਸੀ ਉਹ ਬਹੁਤ ਵੱਡਾ ਕਿਰਦਾਰ ਸੀ, ਜਿਹੜੇ ਬਹੁਤ ਘੱਟ ਬੰਦਿਆਂ 'ਚ ਹੁੰਦਾ ਹੈ। ਕੰਗਨਾ ਰਣੌਤ ਵਰਗੀ ਲੜਕੀ ਨੇ MP ਬਣ ਗਈ, ਪਰ ਉਹਨਾਂ ਨੂੰ ਅਕਲ ਨਹੀਂ ਆਈ ਹਾਲੇ ਤੱਕ ਵੀ ਕਿਸ ਇਸ ਸ਼ਖਸ ਬਾਰੇ ਕਿਹੜੇ ਲਫ਼ਜ਼ਾਂ ਦੀ ਵਰਤੋਂ ਕਰਨੀ ਨਹੀਂ ਕਰਨੀ। ਆਤੰਕਵਾਦੀ ਉਹ ਹੁੰਦੇ ਜਿਹੜੇ ਬਾਹਰੋਂ ਆ ਕੇ ਕਰਨ, ਆਤੰਕਵਾਦੀ ਉਹ ਹੁੰਦੇ ਜਿਹੜੇ ਆਪਣੀ ਸਟੇਟ ਦੇ ਵਿੱਚ ਆਤੰਕ ਫੈਲਾਉਣ ਔਰ ਜ਼ੁਲਮ ਔਰ ਜ਼ਬਰ ਕਰਨ। ਸੰਤ ਜਰਨੈਲ ਸਿੰਘ ਨੇ ਇੱਕ ਧਾਰਮਿਕ ਵਿਅਕਤੀ ਵਾਲਾ ਸੀ, ਉਹ ਆਪਣੀ ਕੌਮ ਨੂੰ ਲੈ ਕੇ ਕੁਝ ਲੈ ਕੇ ਦੇਣਾ ਚਾਹੁੰਦਾ ਸੀ, ਪਰ ਸਮੇਂ ਦੀ ਸਰਕਾਰ ਨੇ ਉਸਦੀ ਪਰਸਨੈਲਿਟੀ ਨੂੰ ਪਛਾਣ ਲਿਆ ਸੀ। ਉਹ ਇਹ ਜੀ ਪਰਸਨੈਲਿਟੀ ਨੂੰ ਸਿੱਖ ਕੌਮ 'ਚ ਨਹੀਂ ਸੀ ਰਹਿਣ ਦੇਣਾ ਚਾਹੁੰਦੇ, ਜਿਹਦੇ ਕਰਕੇ ਉਹਦੀ ਸ਼ਹਾਦਤ ਹੋਈ। ਮੈਂ ਸਖ਼ਤ ਲਫ਼ਜ਼ਾਂ ਵਿੱਚ ਕੰਗਨਾ ਰਣੌਤ ਤੋਂ ਕਹਿੰਦਾ ਕਿ ਇਹ ਜੇ ਬਿਆਨ ਦੇਣ ਤੋਂ ਬਾਅਦ ਆ ਜਾ, ਵਰਨਾ ਇਹਦੇ ਖਮਿਆਜੇ ਭੁਗਤਣੇ ਪੈਣਗੇ, ਅਸੀਂ ਜ਼ਬਰਦਸਤ ਮੁਜ਼ਾਹਰਾ ਸਾਨੂੰ ਜਦ ਵੀ ਮੌਕਾ ਮਿਲੇਗਾ ਤੇਰੇ ਖਿਲਾਫ਼ ਕਰਾਂਗੇ। ਔਰ ਮੈਂ ਉਮੀਦ ਕਰਦਾ ਕਿ ਸਰਕਾਰ BJP ਔਰ ਉਹਨਾਂ ਦੀ ਸਰਕਾਰ ਉਸਦੇ ਕੋਲੋਂ ਇਹਨਾਂ ਲਫ਼ਜ਼ਾਂ ਦੀ ਵਾਪਸੀ ਕਰਵਾਏਗੀ। ਅੱਜ ਇੱਕ ਬਿਆਨ ਆਇਆ ਕੰਗਨਾ ਰਣੌਤ ਦਾ, ਮੈਨੂੰ ਲੱਗਦਾ ਕਿ ਇਹ ਵਾਕਈ ਇਹਦਾ ਜ਼ੁਬਾਨ ਔਰ ਇਹਦੇ ਦਿਮਾਗ ਦਾ ਕੋਈ ਤਾਲੁਕ ਨਹੀਂ ਹੈ। ਜਾਣ ਕੇ ਕੰਟਰੋਵਰਸੀਸ ਕ੍ਰੀਏਟ ਕਰਦੀ ਹੈ ਕਿਉਂਕਿ ਇਹਦੀ ਫਿਲਮ ਨਹੀਂ ਚੱਲਦੀ ਹੈ। ਫਿਲਮ ਚਲਾਉਣ ਵਾਸਤੇ ਤੂੰ ਫਿਲਮ ਬਣਾ ਰਹੀ ਹੈ ਐਮਰਜੈਂਸੀ ਤੇ, ਨਾਂ ਲੈ ਰਹੀ ਹੈ ਸੰਤ ਭਿੰਡਰਾਂ ਵਾਲਿਆਂ ਦਾ, ਅੱਜ ਕਹਿੰਦੀ ਕਿ ਉਹ ਆਤੰਕਵਾਦੀ ਸੀਗੇ। ਮੈਂ ਪੁੱਛਣਾ ਚਾਹੁੰਦਾ ਤੇਰੇ ਤੋਂ ਸਰਟੀਫਿਕੇਟ ਦੀ ਲੋੜ ਹੈ ਸਾਨੂੰ ਕਿ ਸੰਤ ਭਿੰਡਰਾਂ ਵਾਲੇ ਕੌਣ ਸੀ? ਤੂੰ ਆਪਣੇ ਆਪ ਨੂੰ, ਤੂੰ ਹੈ ਕੀ ਅਥਾਰਟੀ ਜਿਹਦੇ ਕੋਲ ਸਾਨੂੰ ਸਰਟੀਫਿਕੇਟ ਦੀ ਲੋੜ ਹੋਵੇ? ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹੁੰਦਾ ਕੰਗਨਾ ਰਣੌਤ, ਐਮਰਜੈਂਸੀ ਚ ਸੰਤ ਭਿੰਡਰਾਂ ਵਾਲੇ ਦਾ ਰੋਲ ਕੀ ਸੀ? ਜੇ ਤੂੰ ਐਮਰਜੈਂਸੀ ਤੇ ਫਿਲਮ ਬਣਾਈ ਤੇ ਅਕਾਲੀ ਦਲ ਦਾ ਰੋਲ ਦੱਸ ਨਾ, ਜਿਹਨੇ 90,000 ਬੰਦਾ ਗ੍ਰਿਫਤਾਰ ਕਰਾਤਾ ਸੀ। ਇਹ ਤਾਂ ਮਾਫੀਆ ਮੰਗ ਗਏ ਸੀਗੇ ਇੰਦਰਾ ਸਰਕਾਰ ਤੋਂ ਐਮਰਜੈਂਸੀ ਦੇ ਦੌਰਾਨ, ਜਿਨ੍ਹਾਂ ਦੀ ਲੀਡਰਸ਼ਿਪ ਦੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ। ਲੇਕਿਨ ਹਾਂ, ਮੈਂ ਤੈਨੂੰ ਸਵਾਲ ਪੁੱਛਦਾ, ਤੂੰ ਮਾਲੇਗਾਓਂ ਬਲਾਸਟ ਬਾਰੇ ਬੋਲੇਂਗੀ? ਤੂੰ ਪ੍ਰਗਿਆ ਠਾਕੁਰ ਬਾਰੇ ਬੋਲੇਂਗੀ? ਉਹ ਕੌਣ ਹੈ
ਜਿਨ੍ਹਾਂ ਦੇ ਉੱਤੇ ਐਫ ਆਈ ਆਰ ਹੋਈਆਂ, ਜਿਨ੍ਹਾਂ ਤੇ ਸਜ਼ਾ ਹੋਈ, ਜਿਹੜੀ ਮੈਡੀਕਲ ਗਰਾਊਂਡ ਦੇ ਬਾਹਰ ਹੈ ਸੰਤ ਪਿੰਡਰਾਣੇ ਤੇ, ਇੱਕ ਐਫ ਆਈ ਆਰ ਨਹੀਂ। ਤੂੰ ਸਮਝੌਤਾ ਐਕਸਪ੍ਰੈਸ ਦੇ ਬਲਾਸਟ ਤੇ ਬੋਲੇਗੀ ਜਿਹਦੇ ਚ ਕਰਨਲ ਪੁਰੋਹਿਤ ਦਾ ਕੀ ਰੋਲ ਸੀ? ਕਰਨਲ ਪੁਰੋਹਿਤ ਕੌਣ ਹੈ? ਤੁਸੀਂ ਉਹਨਾਂ ਤੇ ਨਹੀਂ ਬੋਲੋਗੇ, ਤੁਸੀਂ ਇਹਨਾਂ ਤੇ ਬੋਲੋਗੇ, ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾਉਣਾ ਚਾਹੁੰਦੇ ਹੋ। ਤੁਸੀਂ ਦੇਸ਼ ਦੇ ਵਿੱਚ ਭੜਕਾਊ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਧੱਕਣਾ ਚਾਹੁੰਦੇ ਹੋ। ਮੈਨੂੰ ਲੱਗਦਾ ਹੈ ਕਿ ਅੱਗੇ ਤੈਨੂੰ ਬੀਜੇਪੀ ਨੇ ਤੇਰੇ ਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ। ਅੱਜ ਮੈਂ ਫਿਰ ਬੀਜੇਪੀ ਨੂੰ ਪੁੱਛਣਾ ਚਾਹੁੰਦਾ ਕਿ ਕੀ ਬੀਜੇਪੀ ਸਹਿਮਤ ਹੈ ਜੋ ਕੰਗਨਾ ਰਣੌਤ ਬੋਲ ਰਹੀ ਹੈ? ਮੈਂ ਕੱਲ ਦਾ ਕੰਗਨਾ ਰਣੌਤ ਦਾ ਬਿਆਨ ਸੁਣ ਰਿਹਾ ਵਾਂ, ਜਿਹੜਾ ਨੇ ਉਹਨਾਂ ਨੇ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਬਾਰੇ ਲਫ਼ਜ਼ਾਂ ਦੀ ਵਰਤੋਂ ਕੀਤੀ ਹੈ। ਸੰਤ ਜਰਨੈਲ ਸਿੰਘ ਵਰਗਾ ਧਰਮੀ ਬੰਦਾ ਮੈਨੂੰ 80 ਸਾਲ ਦੀ ਉਮਰ 'ਚ ਮੈਂ ਨਹੀਂ ਕੋਈ ਦੇਖਿਆ, ਜਿਹੜਾ ਬਚਨ ਦਾ ਪੂਰਾ ਸੀ, ਜੋ ਅਰਦਾਸ ਕੀਤੀ ਉਹ ਪੂਰੀ ਕੀਤੀ। ਭਾਵੇਂ ਖਿਆਲਾਤ ਮੇਰੇ ਪੋਤੇ ਨਹੀਂ ਸੀ ਮਿਲਦੇ, ਪਰ ਉਹਦੇ ਜਿਹੜੇ ਕਿਰਦਾਰ ਸੀ ਉਹ ਬਹੁਤ ਵੱਡਾ ਕਿਰਦਾਰ ਸੀ, ਜਿਹੜੇ ਬਹੁਤ ਘੱਟ ਬੰਦਿਆਂ 'ਚ ਹੁੰਦਾ ਹੈ। ਕੰਗਨਾ ਰਣੌਤ ਵਰਗੀ ਲੜਕੀ ਨੇ MP ਬਣ ਗਈ, ਪਰ ਉਹਨਾਂ ਨੂੰ ਅਕਲ ਨਹੀਂ ਆਈ ਹਾਲੇ ਤੱਕ ਵੀ ਕਿਸ ਇਸ ਸ਼ਖਸ ਬਾਰੇ ਕਿਹੜੇ ਲਫ਼ਜ਼ਾਂ ਦੀ ਵਰਤੋਂ ਕਰਨੀ ਹੈ ਨਹੀਂ ਕਰਨੀ। ਆਤੰਕਵਾਦੀ ਉਹ ਹੁੰਦੇ ਜਿਹੜੇ ਬਾਹਰੋਂ ਆ ਕੇ ਕਰਨ, ਆਤੰਕਵਾਦੀ ਉਹ ਹੁੰਦੇ ਜਿਹੜੇ ਆਪਣੀ ਸਟੇਟ ਦੇ ਵਿੱਚ ਆਤੰਕ ਫੈਲਾਉਣ ਔਰ ਜ਼ੁਲਮ ਔਰ ਜ਼ਬਰ ਕਰਨ। ਸੰਤ ਜਰਨੈਲ ਸਿੰਘ ਨੇ ਇੱਕ ਧਾਰਮਿਕ ਵਿਰਸੇ ਵਾਲਾ ਸੀ, ਉਹ ਆਪਣੀ ਕੌਮ ਨੂੰ ਲੈ ਕੇ ਕੁਝ ਲੈ ਕੇ ਦੇਣਾ ਚਾਹੁੰਦਾ ਸੀ, ਪਰ ਸਮੇਂ ਦੀ ਸਰਕਾਰ ਨੇ ਉਸਦੀ ਪਰਸਨੈਲਿਟੀ ਨੂੰ ਪਛਾਣ ਲਿਆ ਸੀ। ਉਹ ਇਹ ਜੀ ਪਰਸਨੈਲਿਟੀ ਨੂੰ ਸਿੱਖ ਕੌਮ 'ਚ ਨਹੀਂ ਸੀ ਰਹਿਣ ਦੇਣਾ ਚਾਹੁੰਦੇ, ਜਿਹਦੇ ਕਰਕੇ ਉਹਦੀ ਸ਼ਹਾਦਤ ਹੋਈ। ਮੈਂ ਸਖ਼ਤ ਲਫ਼ਜ਼ਾਂ ਵਿੱਚ ਕੰਗਨਾ ਰਣੌਤ ਤੋਂ ਕਹਿੰਦਾ ਕਿ ਇਹ ਜੇ ਬਿਆਨ ਦੇਣ ਤੋਂ ਬਾਅਦ ਆ ਜਾ, ਵਰਨਾ ਇਹਦੇ ਖਮਿਆਜ਼ੇ ਭੁਗਤਣੇ ਪੈਣਗੇ। ਅਸੀਂ ਜ਼ਬਰਦਸਤ ਮੁਜ਼ਾਹਰਾ ਸਾਨੂੰ ਜਦ ਵੀ ਮੌਕਾ ਮਿਲੇਗਾ ਤੇਰੇ ਖਿਲਾਫ਼ ਕਰਾਂਗੇ। ਔਰ ਮੈਂ ਉਮੀਦ ਕਰਦਾ ਕਿ ਸਰਕਾਰ BJP ਔਰ ਉਹਨਾਂ ਦੀ ਸਰਕਾਰ ਉਸਦੇ ਕੋਲੋਂ ਇਹਨਾਂ ਲਫ਼ਜ਼ਾਂ ਦੀ ਵਾਪਸੀ ਕਰਵਾਏਗੀ। देश दुनिया की हर खबर सबसे पहले देखने के लिए फॉलो करें दैनिक सवेरा TV, YouTube, Facebook, Instagram, X और WhatsApp चैनल पर।